ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਲਗਾਤਾਰ ਵਿਦਿਆਰਥੀਆਂ ਦੇ ਸਵਾਲ ਆ ਰਹੇ ਨੇ ਕਿ ਉਹ ਕਿਹੜੇ ਕਿਹੜੇ ਕੋਰਸਿਸ ਨੇ, ਅਗਰ ਵਿਦਿਆਰਥੀ ਉਹ ਕੋਰਸਿਸ 'ਚ ਜਾਂਦਾ ਹੈ ਤਾਂ PR ਦਾ ਰਾਹ ਆਸਾਨ ਹੈ ਔਰ ਉਹਨਾਂ ਨੂੰ PR ਮਿਲੇਗੀ। ਔਰ ਬਿਲਕੁਲ, ਕਿਉਂਕਿ ਹਰ ਰੋਜ਼ ਸਾਡੇ ਨਾਲ ਨਵੇਂ ਨਵੇਂ ਵਿਦਿਆਰਥੀ ਜੁੜਦੇ ਨੇ, ਇਸ ਕਰਕੇ ਜਸਮੀਤ ਜੀ ਤੋਂ ਇੱਕ ਵਾਰ ਫਿਰ ਜਾਣਕਾਰੀ ਹਾਸਲ ਕਰਦੇ ਹਾਂ ਉਹ ਸਾਰੇ ਕੋਰਸਿਸ ਦੀ ਜਿਨ੍ਹਾਂ ਦੇ ਨਾਲ PR ਮਿਲੇਗੀ, ਔਰ ਜਨਵਰੀ ਔਰ ਸਪਟੰਬਰ ਇਨਟੇਕ ਤੋਂ ਬਾਅਦ ਜਨਵਰੀ ਇਨਟੇਕ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਖੁੱਲ੍ਹੇ ਨੇ ਉਹਨਾਂ ਦੀ ਜਾਣਕਾਰੀ ਵੀ ਹਾਸਲ ਕਰਦੇ ਹਾਂ। ਜਸਮੀਤ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜਸਮੀਤ ਜੀ, ਇੱਕ ਤਾਂ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਹੁਣ ਜਿਨ੍ਹਾਂ ਨੇ 10+1 'ਚ ਐਡਮਿਸ਼ਨਾਂ ਲਈਆਂ, 10+1 ਤੋਂ ਬਾਅਦ BA 1 'ਚ ਐਡਮਿਸ਼ਨਾਂ ਲਈਆਂ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੇ IELTS ਔਰ PT ਕੰਪਲੀਟ ਕੀਤੇ ਨੇ। ਹੁਣ ਮੂਲ ਰੂਪ ਦੇ ਵਿੱਚ ਜਿਹੜੀ ਡਿਮਾਂਡ ਹੈ, ਵਿਦਿਆਰਥੀ ਚਾਹੁੰਦੇ ਨੇ ਕਿ ਅਸੀਂ ਉਹੀ ਕੋਰਸਿਸ ਜਾਈਏ ਜਿਹ 'ਚ PR ਮਿਲੇ। ਸੋ ਮੈਂ ਫਿਰ ਚਾਹੂੰਗਾ ਇੱਕ ਵਾਰ ਸਪਸ਼ਟਤਾ ਕਿ ਉਹ ਕੋਰਸ ਕਿਹੜੇ ਨੇ, ਕਿਹੜੇ ਕੋਰਸਾਂ 'ਚ ਜਾਣ ਜਿਹਦੇ ਨਾਲ PR ਦਾ ਰਾਹ ਵਿਦਿਆਰਥੀਆਂ ਦਾ ਬੰਦ ਨਾ ਹੋਵੇ। ਅਸੀਂ ਦੇਖੋ ਸਟੂਡੈਂਟਸ, ਪਹਿਲੀ ਗੱਲ ਤਾਂ ਸਾਡੇ ਨਾ ਅਸੀਂ ਇੱਕ ਭੇਡ ਚਾਲ ਹੈ, ਮਤਲਬ ਮੈਂ ਕਹਾਂਗਾ ਕਿ ਖਾਸ ਕਰਕੇ ਇੰਡੀਆ 'ਚ, ਪੂਰੇ ਇੰਡੀਆ 'ਚ ਇੱਕ ਭੇਡ ਚਾਲ ਹੈ। ਜੇ ਆਪਾਂ ਕੈਨੇਡਾ ਜਾਣਾ ਸ਼ੁਰੂ ਹੋਏ ਤਾਂ ਸਾਰੇ ਕੈਨੇਡਾ ਜਾਣਾ ਸ਼ੁਰੂ ਹੋ ਗਏ, ਉਸ ਤੋਂ ਬਾਅਦ ਜੇ ਬਰੈਂਪਟਨ ਜਾਣਾ ਸ਼ੁਰੂ ਹੋਏ ਤਾਂ ਆਪਾਂ ਬਰੈਂਪਟਨ ਔਰ ਸਰੀ ਜਾਣਾ, ਹੋਰ ਕਿਤੇ ਨਹੀਂ ਜਾਣਾ। ਫਿਰ ਆ ਜਾਂਦਾ ਸੀ ਕਿ ਬਰੈਂਪਟਨ ਸਰੀ 'ਚ PR ਮਿਲ ਗਈ, ਨਹੀਂ ਤਾਂ ਫਿਰ ਅਸੀਂ ਕਿਤੇ ਹੋਰ ਮੂਵ ਕਰ ਜਾਵਾਂਗੇ। ਹੁਣ ਇੱਕ ਨਵੀਂ ਭੇਡ ਚਾਲ ਚੱਲੀ ਹੈ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਜੀ, ਕਿ ਪਰਸਨਲ ਸਪੋਰਟ ਵਰਕਰ ਅਸੀਂ ਲੈਣਾ ਅਤੇ ਪਰਸਨਲ ਸਪੋਰਟ ਵਰਕਰ ਹੀ ਲੈਣਾ। ਉਹ ਸਾਰੀ ਦੁਨੀਆ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਕਰਨਾ ਚਾਹੁੰਦੀ ਹੈ ਜਿਹੜੀ ਇਨ ਕੈਨੇਡਾ ਹੈਗੀ ਹੈ। ਫਿਰ ਅਸੀਂ ਕਹਾਂਗੇ ਕਿ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ, ਬਟ ਫਿਰ ਵੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਤੋਂ ਕਿਤੇ ਬੈਟਰ ਹੈ ਮੈਂ ਕਹਾਂਗਾ। ਕਿਉਂਕਿ ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰ ਹੈਗੇ ਆ ਨਾ, ਜਿਹੜੇ ਡੇ ਕੇਅਰ ਸੈਂਟਰਸ ਹੈ ਕੈਨੇਡਾ 'ਚ, ਉਹ ਹਲੇ ਵੀ ਬਹੁਤ ਘੱਟ ਹੈ। ਔਰ ਮੋਸਟ ਆਫ ਦ ਫੈਮਲੀਜ਼ ਆਰ ਵਰਕਿੰਗ, ਤਾਂ ਜਿਹੜੇ ਛੋਟੇ ਬੱਚਿਆਂ ਨੂੰ ਸੰਭਾਲਣ ਦੇ ਜਿਹੜੇ ਡੇ ਕੇਅਰ ਸੈਂਟਰਸ ਹੈ, ਦੇ ਮੇਕ ਲੋਟ ਆਫ ਮਨੀ। ਈਵਨ ਤੁਸੀਂ ਅਰਲੀ ਚਾਈਲਡਹੁੱਡ ਐਜੂਕੇਟਰ ਦੀ ਸਰਟੀਫਿਕੇਸ਼ਨ ਲੈ ਕੇ ਤੁਸੀਂ ਆਪਣਾ ਡੇ ਕੇਅਰ ਸੈਂਟਰ ਵੀ ਖੋਲ੍ਹ ਸਕਦੇ ਹੋ। ਸੋ ਅਸੀਂ ਇੱਕ ਤਾਂ ਭੇਡ ਚਾਲ ਤੋਂ ਬਾਹਰ ਨਿਕਲੀਏ। ਦੂਸਰੀ ਚੀਜ਼ ਹੈ, ਠੀਕ ਹੈ ਤੁਸੀਂ ਨੌਕਰੀ ਲੱਭ ਰਹੇ ਹੋ, ਬਟ ਤੁਸੀਂ ਕੁਛ ਇੱਦਾਂ ਦਾ ਵੀ ਕਰੋ ਜਿਹਦੇ ਨਾਲ ਤੁਸੀਂ ਇੰਪਲੋਇਰ ਵੀ ਬਣੋ, ਤੁਸੀਂ ਇੰਪਲੋਇਰ ਵੀ ਬਣ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਇੱਕ ਡੇ ਕੇਅਰ ਸੈਂਟਰ ਇਸਟੈਬਲਿਸ਼ ਕਰ ਸਕਦੇ ਹੋ, ਕੱਲ੍ਹ ਨੂੰ ਆਪਣੇ ਨਾਲ 4 ਬੰਦਿਆਂ ਨੂੰ ਨੌਕਰੀ ਦੇ ਸਕਦੇ ਹੋ। ਕਿਉਂਕਿ ਹਲੇ ਵੀ ਮੈਨੂੰ ਲੱਗਦਾ ਕਿ ਕੈਨੇਡਾ ਬਹੁਤ ਅੰਡਰ ਡਿਵੈਲਪਡ ਹੈ, ਕਹਿਣ ਨੂੰ ਡਿਵੈਲਪਡ ਨੇਸ਼ਨ ਹੈਗਾ। ਦੇਖੋ ਬੱਸਿਸ ਦੇ ਰੂਟਸ ਉੱਥੇ ਪੂਰੇ ਨਹੀਂ ਹੈਗੇ, ਟ੍ਰੇਨਸ ਦੇ ਰੂਟ ਉੱਥੇ ਪੂਰੇ ਨਹੀਂ ਹੈਗੇ, ਸ਼ਹਿਰ ਹਲੇ ਪੂਰੇ ਡਿਵੈਲਪ ਉੱਥੇ ਨਹੀਂ ਹੈਗੇ। ਦੇਖੋ ਭਾਵੇਂ ਹਰ ਸ਼ਹਿਰ 'ਚ ਫੈਸਿਲਿਟੀ ਹੈਗੀ ਹੈ, ਪਰ ਜੇ ਅੱਜ ਵੀ ਮੈਨੂੰ ਉੱਥੇ ਕਲੀਨਿੰਗ ਸਰਵਿਸਿਜ਼ ਲਈ ਬੰਦੇ ਚਾਹੀਦੇ ਹੈ ਨਾ, ਤਾਂ ਸਰ $35 ਘੰਟੇ ਦਾ ਬੰਦਾ ਲੈਂਦਾ ਜਿਹੜਾ ਕਲੀਨਿੰਗ ਕਰਦਾ। ਬੜਾ ਇੰਪੋਰਟੈਂਟ ਹੈ ਜੀ, $35। ਜੇ ਅੱਜ ਕੋਈ ਬੱਚਾ ਆਪਣਾ ਗੂਗਲ 'ਤੇ ਇੱਕ ਐਪ ਬਣਾ ਲਏ ਨਾ, ਔਰ ਗੂਗਲ 'ਤੇ ਐਡ ਪਾ ਦੇ ਕਿ ਮੈਂ ਕਲੀਨਿੰਗ ਕਰਦਾ, ਮੈਂ $25 'ਚ ਕਰਾਂਗਾ, ਤਾਂ ਮੈਨੂੰ ਲੱਗਦਾ ਉਹਦੇ ਕੋਲ ਵੇਲ ਨਹੀਂ ਹੋਏਗੀ। ਆਪਣੇ ਬੱਚੇ ਕਹਿੰਦੇ ਮੈਂ ਕਲੀਨਿੰਗ ਕਰ ਦਾਂਗਾ ਪਰ ਮੇਰੇ ਕੋਲ ਇਕਵਿਪਮੈਂਟ ਨਹੀਂ ਹੈਗੀ। ਦੇਖੋ ਇਕਵਿਪਮੈਂਟ ਤਾਂ ਤੁਹਾਡੇ ਕੋਲ ਆਪਣੀ ਹੋਣੀ ਚਾਹੀਦੀ ਹੈ ਨਾ। ਕਲੀਨਿੰਗ ਸਰਵਿਸਿਸ 'ਚ ਇੰਨਾ ਕੰਮ ਹੈਗਾ ਤੁਸੀਂ ਸੋਚ ਵੀ ਨਹੀਂ ਸਕਦੇ। ਤੁਸੀਂ ਕਹੋ ਮੈਂ ਘਾਹ ਕੱਟਣੀ ਸ਼ੁਰੂ ਕਰਦਾ, ਪਰਚੇ ਵੰਡਣੇ ਸ਼ੁਰੂ ਕਰ ਦਿਓ ਕਿ ਮੈਂ ਘਾਹ ਕੱਟਦਾ ਜੀ, ਮੈਨੂੰ $25 ਦਿਓ, ਮੈਂ ਤੁਹਾਡੇ ਘਰ ਦੀ ਘਾਹ ਕੱਟ ਜਾਂਗਾ, ਅੱਧੇ ਘੰਟੇ ਦਾ ਕੰਮ। ਬੱਚੇ ਐਫਰਟ ਨਹੀਂ ਕਰਦੇ। ਦੂਸਰੀ ਚੀਜ਼ ਹੈ, ਤੁਸੀਂ ਕੀ ਕਹਿੰਦੇ ਇੰਸਟਰਕਟਰ ਬਣ ਸਕਦੇ ਹੋ, ਤੁਸੀਂ ਆਪਣੀ ਲਰਨਿੰਗ ਕਲਾਸਿਸ ਖੋਲ੍ਹ ਸਕਦੇ ਹੋ। ਸੋ ਬਹੁਤ ਸਾਰੇ ਇੱਦਾਂ ਦੇ ਕੰਮ ਹੈਗੇ ਹੈ ਜਿਹਦੇ 'ਚ ਅੱਜ ਦੀ ਡੇਟ 'ਚ ਵੀ ਘਾਟ ਹੈ।
ਸਰਟੀਫਾਈਡ ਤੁਸੀਂ ਕਲਾਊਡ ਕਿਚਨ ਖੋਲ ਸਕਦੇ ਹੋ, ਬਹੁਤ ਕੰਮ ਹੈ। ਕਲਾਊਡ ਕਿਚਨ ਇੱਕ ਸਰਟੀਫਾਈਡ ਸ਼ੈਫ ਜਿਹਨੇ ਕਲਰੀ ਮੈਨੇਜਮੈਂਟ ਦਾ ਕੋਰਸ ਕੀਤਾ ਹੈ। ਕਲਾਊਡ ਕਿਚਨ ਦਾ ਮਤਲਬ ਹੁੰਦਾ ਕਿ ਮੈਂ ਥੋੜ੍ਹੀ ਜਿਹੀ ਜਗ੍ਹਾ ਕਿਤੇ ਵੀ ਰੈਂਟ 'ਤੇ ਲਈ ਅਤੇ ਉੱਥੇ ਬਸ ਕਿਚਨ ਹੈਗੀ ਹੈ ਅਤੇ ਮੈਂ ਉੱਥੇ ਜਾ ਕੇ ਖਾਣਾ ਬਣਾ ਕੇ ਵੇਚਦਾ, ਉਹਨੂੰ ਕਹਿੰਦੇ ਕਲਾਊਡ ਕਿਚਨ। ਕਾਫੀ ਬੰਦਿਆਂ ਨੇ ਕੰਮ ਕੀਤਾ ਹੋਇਆ ਰੋਟੀ ਜਿਹਨੂੰ ਕਹਿੰਦੇ ਟਿਫਨ ਡਿਲੀਵਰੀ ਸਿਸਟਮ ਦਾ, ਬਟ ਹਾਲੇ ਵੀ ਬਹੁਤ ਜ਼ਿਆਦਾ ਸਕੋਪ ਹੈਗਾ। ਪਰ ਸਾਡੇ ਜਿਹੜੇ ਬੱਚੇ ਹੈਗੇ ਨਾ ਉਹ ਜੋਬ 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 ਦਾ ਰੌਲਾ ਪਾਉਂਦੇ ਆ, ਬਟ ਕੋਈ ਬੱਚਾ ਆਪਣਾ ਕੰਮ ਕਰਨ ਤੋਂ ਥੋੜ੍ਹਾ ਜਿਹਾ ਡਰਦੇ ਆ, ਜਿਹਦੇ 'ਚ ਪੈਸੇ ਵੀ ਜ਼ਿਆਦਾ ਪਰ ਐਫਰਟ ਲੱਗੇਗਾ, ਇਨੀਸ਼ੀਅਲੀ ਧੱਕੇ ਖਾਣੇ ਪੈਂਦੇ ਆ। ਕੋਈ ਵੀ ਅੱਜ ਜੇ ਐਲਨ ਮਸਕ ਬਣੇ ਆ ਤਾਂ ਮੈਨੂੰ ਲੱਗਦਾ ਉਹ ਅਖਬਾਰਾਂ ਹੀ ਵੰਡਦਾ ਹੋਣਾ ਬਚਪਨ 'ਚ। ਜਿੱਥੋਂ ਉਹਨੇ ਸਟਾਰਟ ਕੀਤਾ ਚੈੱਕ ਕਰੋ, ਉਹ ਮਾਈਗਰੈਂਟ ਸੀ USA 'ਚ, ਯੂਕਰੇਨੀਅਨ ਸੀ ਜਾਂ ਰਸ਼ੀਅਨ ਸੀ, ਉੱਥੋਂ ਆਇਆ ਸੀ। ਅੱਜ ਆਰਨੋਲਡ ਵੀ ਆਸਟਰੀਆ ਦਾ ਮਾਈਗਰੈਂਟ ਹੈਗਾ ਸੀ। ਸੋ ਜਿੰਨੇ ਵੀ ਕੰਮ ਸ਼ੁਰੂ ਕੀਤਾ ਉਹਨੇ ਸਕਰੈਚ ਤੋਂ ਸ਼ੁਰੂ ਕੀਤਾ। ਤੁਸੀਂ ਵੀ ਜੇ ਅੱਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਕਰੈਚ ਤੋਂ ਸ਼ੁਰੂ ਕਰੋ। ਬਹੁਤ ਸਾਰੇ ਇੱਦਾਂ ਦੇ ਕੰਮ ਹੈਗੇ ਜਿਹੜੇ ਤੁਸੀਂ ਖੁਦ ਕਰ ਸਕਦੇ ਹੋ, ਛੋਟੇ ਛੋਟੇ ਸਰਵਿਸਿਸ 'ਚ ਬਹੁਤ ਸਾਰੇ ਕੰਮ ਹੈਗੇ ਇੱਦਾਂ ਦੇ ਜਿਹੜੇ ਤੁਸੀਂ ਖੁਦ ਵੀ ਕਰ ਸਕਦੇ ਹੋ ਔਰ ਅੱਛੇ ਪੈਸੇ ਕਮਾ ਸਕਦੇ ਹੋ, ਬਟ ਐਫਰਟ ਦੀ ਕਿਤੇ ਨਾ ਕਿਤੇ ਕਮੀ ਹੈ। ਫੋਟੋਗ੍ਰਾਫੀ ਵਰਗੇ ਕੰਮ ਹੋ ਗਏ, ਕੀ ਕਹਿੰਦੇ ਆ, ਮੈਂ ਸੋਸ਼ਲ ਮੀਡੀਆ ਕੀ ਕਹਿੰਦੇ ਜਿਹੜੇ ਵੀਡੀਓਜ਼ ਬਣਦੇ ਆ ਕੰਪਨੀਆਂ ਦੇ, ਇੱਦਾਂ ਦੇ ਕੰਮ ਹੋ ਗਏ। ਬਹੁਤ ਸਾਰੇ ਇੱਦਾਂ ਦੇ ਕੰਮ ਹੈ ਜਿਹੜੇ ਤੁਸੀਂ ਆਪੇ ਕਰ ਸਕਦੇ ਹੋ, ਬਟ ਅਸੀਂ ਉੱਦਾਂ ਦੇ ਕੰਮ ਨਹੀਂ ਕਰ ਰਹੇ। ਬਿਲਕੁਲ ਠੀਕ ਹੈ। ਅਤੇ ਇਹ ਹੁਣ ਤੁਸੀਂ ਜਿਹੜਾ ਜ਼ਿਕਰ ਕੀਤਾ ਬਹੁਤ ਸਾਰੇ ਇੰਪੋਰਟੈਂਟ ਕੋਰਸਿਸ ਦਾ, ਇਹ ਹੁਣ ਜਨਵਰੀ ਦੇ ਵਿੱਚ ਜਾਂ ਸਪਟੰਬਰ 'ਚ ਤੱਕ ਖਤਮ ਹੈ? ਜਨਵਰੀ 'ਚ ਐਸਥੀਟੀਸ਼ੀਅਨ ਦਾ ਜਿਹੜਾ ਕੋਰਸ ਹੈਗਾ ਨਾ, ਜਿਹਨੂੰ ਕਹਿੰਦੇ ਬਿਊਟੀਸ਼ੀਅਨ ਦਾ ਕੋਰਸ, ਅਪੁਆਇੰਟਮੈਂਟ ਲੈਣੀ ਪੈਂਦੀ ਹੈ ਸਰ। ਔਰ ਜੇ ਆਪਾਂ 10 ਮਿੰਟ ਲੇਟ ਪਹੁੰਚੇ ਨਾ ਐਸਥੀਟੀਸ਼ੀਅਨ ਕੋਲ ਤਾਂ ਉਹ ਕਹਿੰਦੀ ਹੈ ਮੇਰੇ ਤੁਹਾਡਾ ਟਾਈਮ ਨਿਕਲ ਗਿਆ, ਮੈਂ ਨਹੀਂ ਉਵੇਂ ਕਰ ਸਕਦੀ। ਠੀਕ ਹੈ, ਜੇ ਅੱਜ ਕੱਲ੍ਹ ਉਹ ਕੁੜੀਆਂ ਨੇਲਸ ਕਰਾਉਂਦੀਆਂ ਤਾਂ $50, ਕਟਿੰਗ ਦੇ $50, ਕਲਰ ਦੇ $100। ਮਤਲਬ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਨੇ ਕੁ ਪੈਸੇ ਛੋਟੀਆਂ ਛੋਟੀਆਂ ਸਰਵਿਸਿਸ ਦੇ ਉੱਥੇ ਲਏ ਜਾਂਦੇ ਨੇ ਔਰ ਅੱਛੇ ਪੈਸੇ ਕਮਾ ਰਹੇ ਨੇ ਬੱਚੇ ਵੀ ਆਪਣੇ ਜਿਹੜੇ ਹੋਣਹਾਰ ਨੇ, ਹੇਅਰ ਕਟਿੰਗ ਦੇ ਕੋਰਸਿਸ 'ਚ, ਬਿਊਟੀਸ਼ੀਅਨ ਦੇ ਕੋਰਸਿਸ 'ਚ, ਨੇਲ ਆਰਟ ਦੇ ਕੋਰਸਿਸ 'ਚ, ਇੰਨੇ ਕੁ ਪੈਸੇ ਕਮਾ ਰਹੇ ਨੇ ਬੱਚੇ ਆਪਣੇ ਉੱਥੇ, ਕਿਉਂਕਿ ਉੱਥੇ ਡੋਲਰ ਮਿਲਦੇ ਆ। ਸੋ ਕਿਉਂਕਿ ਉਹਦੇ 10 ਮਿੰਟ ਲੇਟ ਹੋ ਗਏ, ਜਿਹੜੇ ਬੰਦੇ ਨੇ ਤੁਹਾਡੇ ਵਾਲ ਕੱਟਣੇ ਸੀ ਜਾਂ ਜਿਹਨੇ ਤੁਹਾਨੂੰ ਸਰਵਿਸਿਸ ਦੇਣੀਆਂ ਸੀ, ਉਹ ਤਾਂ ਘੰਟੇ ਦੇ ਪੈਸੇ ਚਾਰਜ ਕਰ ਰਿਹਾ ਨਾ। ਜੇ ਤੁਸੀਂ 10 ਮਿੰਟ ਲੇਟ ਹੋ ਗਏ, ਉਹਨੇ ਤਾਂ ਆਪਣੇ ਘੰਟੇ ਦੇ ਪੈਸੇ ਚਾਰਜ ਕਰ ਲੈਣੇ ਇੰਪਲੋਇਰ ਤੋਂ, ਸੋ ਇੰਪਲੋਇਰ ਤੁਹਾਨੂੰ ਨਹੀਂ ਦੇਗਾ ਅਪੁਆਇੰਟਮੈਂਟ। ਸੋ ਮੈਂ ਕਹਾਂਗਾ ਕਿ ਕੋਈ ਵੀ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ ਦਾ ਕੋਰਸ ਕਰ ਲਓ ਔਰ ਆਪਣਾ ਕੋਈ ਛੋਟਾ ਜਿਹਾ ਯੋਗਾ ਸੈਂਟਰ ਖੋਲ੍ਹ ਲਈਏ ਜਾਂ ਆਪਾਂ ਡਾਈਟੀਸ਼ੀਅਨ ਦਾ ਕੋਰਸ ਕਰ ਲਈਏ। ਮਤਲਬ ਕਿ ਐਂਡਲੈਸ ਓਪਰਚੁਨਿਟੀਜ਼, ਐਂਡਲੈਸ ਸਰਵਿਸਿਸ 'ਚ ਐਂਡਲੈਸ ਓਪਰਚੁਨਿਟੀਜ਼ ਹੈਗੀਆਂ, ਕਿਉਂਕਿ ਮੈਂ ਉੱਥੇ ਰਹਿੰਦਾ, ਮੈਨੂੰ ਆਪੇ ਬਹੁਤ ਦਿੱਕਤ ਆਉਂਦੀ ਹੈ। ਮੈਂ ਕੋਈ ਕੰਮ ਕਰਾਉਣਾ ਹੁੰਦਾ ਮੈਨੂੰ ਬੰਦਾ ਨਹੀਂ ਲੱਭਦਾ। ਤੁਸੀਂ ਕਹੋ ਕਿ ਹੁਣੇ ਸਾਡਾ ਕੋਈ ਸ਼ਿਫਟ ਹੋਇਆ ਉੱਥੇ, ਉਹਦੇ ਗਰਾਜ 'ਚ ਗੱਤਾ ਪਿਆ ਸੀ, ਗਰਾਜ ਭਰ ਗਿਆ ਪੂਰਾ ਗੱਤੇ ਦੇ ਨਾਲ, ਚਕਾਉਣ ਵਾਸਤੇ ਗੱਤਾ ਚਕਾਉਣ ਵਾਸਤੇ $250 ਦੇਣਾ ਪਿਆ ਔਰ ਕੰਮ 25 ਮਿੰਟ ਦਾ ਸੀ ਸਰ ਜੀ। 25 ਮਿੰਟ ਦੇ ਕੰਮ ਪਿੱਛੇ $250 ਦੇਣਾ ਪਿਆ, ਦੇਖੋ ਕਿਹੜੀ ਵੱਡੀ ਗੱਲ ਹੈ। ਸੋ ਸਟੂਡੈਂਟ ਕੰਮ ਬਹੁਤ ਹੈ, ਕਰਨ ਵਾਲੇ ਤੁਸੀਂ ਚਾਹੀਦੇ ਹੋ ਔਰ ਐਫਰਟ ਚਾਹੀਦਾ ਤੁਹਾਡੇ ਵੱਲੋਂ, ਔਰ ਜੇ ਐਫਰਟ ਨਹੀਂ ਹੋਏਗਾ ਤਾਂ ਕਿਤੇ ਵੀ ਨਹੀਂ ਕੁਛ ਮਿਲਣਾ, ਨਾ ਇੰਡੀਆ 'ਚ ਮਿਲਣਾ, ਨਾ ਜਰਮਨੀ 'ਚ ਮਿਲਣਾ, ਨਾ UK 'ਚ ਮਿਲਣਾ, ਹਰ ਕੰਟਰੀ 'ਚ ਸਾਨੂੰ ਐਫਰਟ ਮਾਰਨਾ ਪੈਣਾ। ਸੋ ਜ਼ਰੂਰ ਤੁਸੀਂ ਮੈਨੂੰ ਮਿਲੋ, ਆਪਣੇ ਡਾਊਟਸ ਕਲੀਅਰ ਕਰੋ। ਤੁਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਰੀਅਲ ਸਟੋਰੀ ਦੱਸਾਂਗਾ ਜਾਂ ਰਿਐਲਿਟੀ ਦੱਸਾਂਗਾ ਕਿ ਕਿੱਦਾਂ PR ਹੋ ਸਕਦੀ, ਕਿੱਦਾਂ ਆਪਾਂ ਸੈਟਲ ਹੋ ਸਕਦੇ ਹਾਂ,
ਬਿਕੋਜ਼ ਮੈਂ ਕਿਸੇ ਸਟੂਡੈਂਟ ਨੂੰ ਵੀ ਗਲਤ ਗਾਈਡੈਂਸ ਨਹੀਂ ਦੇਣਾ ਚਾਹੁੰਦਾ। ਬਿਲਕੁਲ ਜੀ, ਸੋ ਬਹੁਤ ਹੀ ਮਹੱਤਵਪੂਰਨ ਵੀਡੀਓ। ਸਕਰੀਨ 'ਤੇ ਨੰਬਰ ਹੈ 90413-90412। ਪਰਸਨਲੀ ਜਸਮੀਤ ਜੀ ਨੂੰ ਮਿਲੋ, ਫਿਰ ਜ਼ਿੰਦਗੀ ਬਾਰੇ ਤੈਅ ਕਰੋ। ਬਹੁਤ ਧੰਨਵਾਦ ਸਰ। ਥੈਂਕ ਯੂ ਸੋ ਮਚ।